ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਜਦ ਬਾੜ ਖੇਤ ਨੂੰ ਖਾ ਗਈ ਦਾ ਅਖੀਰਲਾ ਹਿੱਸਾ ਪਾਗੀਰਥ ਰਕੇਸ਼ ਤੇ ਉਹਦੇ ਸਾਥੀਆਂ ਨੂੰ ਪਰਤਪੁਰ ਜ਼ਿਲ੍ਹੇ ਚ ਸੈਸ਼ਨ ਨਾਂ ਦੇ ਪਿੰਡ ਲੈ ਗਿਆ ਤੇ ਰਕੇਸ਼ ਦੀ ਉਜਾਗਰ ਸਿੰਘ ਤੇ ਕਰਤਾਰ ਸਿੰਘ ਨਾਲ ਮੁਲਾਕਾਤ ਕਰਾਈ ਜਦੋਂ ਰਕੇਸ਼ ਨੇ ਆਪਣਾ ਕੰਮ ਦੱਸਿਆ ਤਾਂ ਉਜਾਗਰ ਸਿੰਘ ਨੇ ਉਹਨੂੰ ਸਿਰੇ ਚੜਾਉਣ ਲਈ 25000 ਮੰਗੇ ਰਕੇਸ਼ ਨੇ ਉਕਤੇ ਵਜ਼ਾਨਾ ਅਦਾ ਕਰਨਾ ਮੰਨ ਲਿਆ ਤੇ ਉਹਨਾਂ ਨੂੰ ਆਪਣੇ ਨਾਲ ਦਿੱਲੀ ਲੈ ਆਇਆ ਉਹ ਰਾਤ ਉਜਾਗਰ ਤੇ ਕਰਤਾਰ ਨੇ ਉਸ ਟੈਕਸੀ ਵਿੱਚ ਸੌਂ ਕੇ ਕੱਟੀ ਜਿਸ ਤੋਂ ਉਹਨਾਂ ਨੇ ਸੇਸ਼ਨ ਤੋਂ ਇੱਥੋਂ ਤੱਕ ਦਾ ਪੈਂਡਾ ਤੈਅ ਕੀਤਾ ਸੀ ਅਗਲੇ ਦਿਨ 2 ਦਸੰਬਰ ਨੂੰ ਰਕੇਸ਼ ਰਾਮ ਜੀ ਉਜਾਗਰ ਤੇ ਕਰਤਾਰ ਕਲਿਆਣ ਦੇ ਘਰ ਇਕੱਠੇ ਹੋਏ ਰਾਮ ਜੀ ਦੀ ਟੈਕਸੀ 'ਚ ਬੈਠ ਕੇ ਡਿਫੈਂਸ ਕਲੋਨੀ ਗਏ ਰਾਮ ਜੀ ਨੇ ਟੈਕਸੀ ਡਾਕਟਰ ਜੈਨ ਦੀ ਕੋਠੀ ਤੋਂ ਕੁਝ ਵਿੱਥ ਤੇ ਰੋਕ ਲਈ ਰਕੇਸ਼ ਉਹ ਕੋਠੀ ਉਜਾਗਰ ਤੇ ਕਰਤਾਰ ਦੀਆਂ ਅੱਖਾਂ 'ਚੋਂ ਕੁਡਵਾ ਲਿਆਇਆ ਉਜਾਗਰ ਕਰਤਾਰ ਭਾਗਿਰਾ ਤੇ ਕਲਿਆਣ ਨੂੰ ਭੋਗਲ ਛੱਡ ਕੇ ਰਕੇਸ਼ ਕਨਟ ਪਲੇਸ ਗਿਆ ਤੇ ਚੰਦਰੇਸ਼ ਸ਼ਰਮਾ ਨੂੰ ਯਾਰਕ ਰੈਸਟੋਰੈਂਟ ਚ ਮਿਲ ਕੇ ਵਾਪਸ ਆ ਗਿਆ ਸ਼ਾਮ ਨੂੰ ਫੇਰ ਉਹ ਸਾਰੇ ਡਿਫੈਂਸ ਕਲੋਨੀ ਗਏ ਕਰਤਾਰ ਨੇ ਪਿਸਤੌਲ ਤੇ ਉਜਾਗਰ ਨੇ ਚਾਕੂ ਆਪਣੇ ਤਹਿਮਤਾਂ ਵਿੱਚુપਾਏ ਹੋਏ ਸਨ ਇਹ ਦੋਵੇਂ 2 ਘੰਟੇ ਦੇ ਕਰੀਬ ਡਾਕਟਰ ਜੈਨ ਦੀ ਕੋਠੀ ਕੋਲ ਇੱਕ ਦੀਵਾਰ ਤੇ ਚੜ ਕੇ ਬੈਠੇ ਰਹੇ ਤੇ ਫੇਰ RAM ji ਦੀ ਟੈਕਸੀ 'ਚ ਸਵਾਰ ਹੋ ਕੇ ਭੋਗਲ ਮੋੜਾ ਪਹਿਲੇ ਦਿਨ ਵਾਂਗੇ ਰਾਤ ਵੀ ਉਹਨਾਂ ਨੇ ਰਾਮ ਜੀ ਦੀ ਝੁੱਗੀ ਕੋਲ ਟੈਕਸੀ 'ਚ ਲੇਟ ਕੇ ਬਿਤਾਈ 3 ਦਸੰਬਰ ਦੀ ਸਵੇਰ ਨੂੰ ਰਾਕੇਸ਼ ਉਜਾਗਰ ਕਰਤਾ ਰਾਦ ਨੇ ਮੁਰਰ ਨਿਰੀਖਣ ਲਈ ਡਿਫੈਂਸ ਕਲੋਨੀ ਦਾ ਚੱਕਰ ਮਾਰਿਆ ਤੇ 11 ਵਜੇ ਦੇ ਲਗਭਗ ਨਿਜ਼ਾਮੋ ਦੇਨ ਆ ਗਏ ਖਾਣਾ ਖਾਣ ਤੋਂ ਬਾਅਦ ਉਹਨਾਂ ਨੇ ਈਰੋਜ਼ ਸਿਨਮਾ 'ਚ 12 ਤੋਂ 3 ਵਜੇ ਤੱਕ ਦਾ ਫਿਲਮ ਸ਼ੋਅ ਵੇਖਿਆ ਫਿਰ ਫਰੀਦাবাদ ਜਾ ਕੇ ਦੋ ਬੋਤਲਾਂ ਸ਼ਰਾਬ ਦੀਆਂ ਖਰੀਦ ਕੇ ਪੀਤੀਆਂ 8:30 ਵਜੇ ਦੇ ਕਰੀਬ ਡਿਫੈਂਸ ਕਲੋਨੀ ਆ ਪਹੁੰਚੇ ਉਹਨਾਂ ਨੇ ਟੈਕਸੀ ਅੱਗੇ ਵੰਗ ਡਾਕਟਰ ਜੈਨ ਦੀ ਕੋਠੀ ਤੁਰਤ ਹਟ ਕੇ ਰੋਕ ਲਈ ਅੱਧਾ ਘੰਟਾ ਕੋਠੀ ਕੋਲ ਮੰਡਲਾਉਂਦੇ ਵਾਂਗ ਗੁਜ਼ਾਰਿਆ 9 ਵਜੇ ਮੋੜੇ ਪਾ ਲੇ ਉਸ ਰਾਤ RAM ਜੀ ਆਪਣੀ ਟੈਕਸੀ ਆਪਣੇ ਮਾਲਕ ਧਰਮਵੀਰ ਮਲਹੋਤਰਾ ਕੋਲ ਲੈ ਗਿਆ ਧਰਮਵੀਰ ਨੇ ਰਾਕੇਸ਼ ਨੂੰ ਦੱਸਿਆ ਕਿ ਇਸ ਟੈਕਸੀ ਦੇ ਪਰਮਿਟ ਦੀ ਮਿਆਦ ਅੱਜ ਪੂਰੀ ਹੋ ਜਾਣ ਕਾਰਨ ਇਹ ਕੱਲ ਨੂੰ ਕਿਰਾਏ ਤੇ ਨਹੀਂ ਦਿੱਤੀ ਜਾ ਸਕੇ 4 ਦਸੰਬਰ ਨੂੰ RAM ਜੀ ਨੇ ਧਰਮਵੀਰ ਮਲਹੋਤਰਾ ਦੇ ਹੁਕਮ ਅਨੁਸਾਰ ਉਕਤ ਟੈਕਸੀ ਦੀ ਮੁਰੰਮਤ ਕਰਵਾਈ ਨਵੇਂ ਨੰਬਰ ਨਾਲ ਉਹਨੂੰ ਇੱਕ ਸਧਾਰਨ ਕਾਰ ਦਾ ਰੰਗ ਰੂਪ ਦਿੱਤਾ ਉਹਨੂੰ ਲਾਜਪਤ ਨਗਰ ਉਹਦੀ ਮਾਲਕ ਦੇ ਘਰ ਛੱਡ ਆਇਆ ਤਰਕਾਲਾ ਦੇ 4:30 ਵਜੇ ਰਾਕੇਸ਼ ਉਹਦੀ ਝੁੱਗੀ ਤੇ ਆਇਆ ਉਹਨੂੰ ਕਿਹਾ ਮੇਰੇ ਨਾਲ ਚੱਲ ਹੁਣ ਤਾਂ ਉਹ ਕੰਮ ਕਰੀ ਦੇਣਾ ਇਹ ਟੈਕਸੀ ਭਾੜੇ ਤੇ ਕਰਕੇ ਉਹ ਚਾਂਦਨੀ ਚੌਕ ਦੇ ਨਿਊ ਵਿਗ ਰੈਸਟੋਰੈਂਟ ਤੇ ਪਹੁੰਚੇ ਤੇ ਜਿੱਥੇ ਚੰਦਰੇਸ਼ ਭਾਗਿਰਥ ਕਲਿਆਣ ਉਜਾਗਰ ਤੇ ਕਰਤਾਰ ਪਹਿਲਾਂ ਹੀ ਮੌਜੂਦ ਸਨ ਇਹ ਲੋਕ ਉਸ ਰੈਸਟੋਰੈਂਟ ਚ ਕਾਫੀ ਸ਼ੌਫੀ ਪੀ ਰਹੇ ਸਨ ਕਿ ਜਦੋਂ ਡਾਕਟਰ ਜੈਨ ਵੀ ਉੱਥੇ ਪਹੁੰਚ ਗਿਆ ਉਨੇ ਉਜਾਗਰ ਨੂੰ ਕਿਹਾ ਵੀ ਤੂੰ ਆਪਣਾ ਕੰਮ ਧਿਆਨ ਨਾਲ ਕਰੀਂ ਪੈਸੇ ਜਿੰਨੇ ਤੂੰ ਮੰਗੇ ਹਨ ਉਹਨੇ ਹੀ ਤੈਨੂੰ ਮਿਲ ਜਾਣਗੇ ਡਾਕਟਰ ਜੈਨ ਦੇ ਚਲੇ ਜਾਣ ਉਪਰੰਤ ਚੰਦਰੇਸ਼ ਨੇ ਰਕੇਸ਼ ਉਜਾਗਰ ਕਰਤਾਰਾਦ ਨੂੰ ਦੱਸਿਆ ਕਿ ਸ਼ਾਮ ਦੇ 6:30 ਵਜੇ ਉਹਦੀ ਕਾਰ ਡਾਕਟਰ ਜੈਨ ਦੇ ਘਰ ਪਹੁੰਚੇਗੀ ਉੱਥੇ ਮਕਾਨ ਤੋਂ ਬਾਹਰ ਹੀ ਉਤਰ ਜਾਏਗੀ ਉਹਨੇ ਵੀ ਸੂਚਨਾ ਦਿੱਤੀ ਕਿ ਮਿਸਿਸ ਜੈਨ ਡਾਕਟਰ ਜੈਨ ਨਾਲ ਆਪਣੇ ਘਰੋਂ ਨਿਕਲੇਗੀ ਤੇ ਉਹੀ ਉਜਾਗਰ ਦੇ ਕਰਤਾਰ ਲਈ ਉਹਨੂੰ ਕਤਲ ਕਰਨ ਦਾ ਉਚਿਤ ਸਮਾਂ ਹੋਵੇਗਾ ਉਨੇ ਉਜਾਗਰ ਹੋਣਾ ਨੂੰ ਤਾੜਨਾ ਕੀਤੀ ਕਿ ਵਾਕਏ ਦੇ ਦੌਰਾਨ ਡਾਕਟਰ ਜੈਨ ਦੇ ਕੋਈ ਚੋਟ ਨਹੀਂ ਹੋਣੀ ਚਾਹੀਦੀ। ਚਣਕਿਆ ਪੁਰੀਜੀ ਯਾਦ ਮੋਟਰ ਟ੍ਰਾਂਸਪੋਰਟ ਸਰਵਿਸ ਦੇ ਮਾਲਕ ਰਤਨ ਲਾਲ ਨੂੰ ਸ਼ਾਮ ਦੇ 5 ਵਜੇ ਰਾਕੇਸ਼ ਸ਼ਰਮਾ ਦਾ ਟੈਲੀਫੋਨ ਮਿਲਿਆ ਕਿ ਇੱਕ ਟੈਕਸੀ ਚਰਖੀ ਦਾਦਰੀ ਜਾਣ ਲਈ ਯਾਕ ਰੈਸਟੋਰੈਂਟ ਭੇਜ ਦੇਵੇ। ਰਤਨ ਲਾਲ ਨੇ ਉੱਤਰ ਚ ਦੱਸਿਆ ਕਿ ਟੈਕਸੀ ਦਾ ਨੰਬਰ DL Y 552 ਹੋਵੇਗਾ। ਉਹਨੂੰ ਪ੍ਰਕਾਸ਼ ਡਰਾਈਵਰ ਚਲਾ ਕੇ ਲਿਆਏਗਾ। ओम प्रकाश ਨੇ ਯਾਕ ਰੈਸਟੋਰੈਂਟ ਪਹੁੰਚਦੇ ਆ 15 ਮਿੰਟ ਲਏ ਹੋਣਗੇ ਤੇ ਜਦੋਂ ਰਾਕੇਸ਼ ਉ ਜਾਗਰ ਤੇ ਕਰਤਾਰ ਇੱਕ ਹੋਰ ਟੈਕਸੀ ਲਈ ਉੱਥੇ ਅੱਪੜ ਗਏ ਰਾਕੇਸ਼ ਨੇ ਉਹਨੂੰ ਦੱਸਿਆ ਕਿ ਇਹ ਟੈਕਸੀ ਮੈਂ ਚਰਖੀ ਦਾਦਰੀ ਲਈ ਮੰਗਵਾਈ ਹੈ ਉਹ ਟੈਕਸੀ ਮੈਂ ਚਰਖੀ ਦਾਦਰੀ ਉਹ ਟੈਕਸੀ 'ਚ ਬੈਠ ਗਏ ਤਾਂ ਰਾਕੇਸ਼ ਨੇ ओम प्रकाश ਨੂੰ ਕਿਹਾ ਪਹਿਲਾਂ ਭੋਗਲ ਚੱਲ ਉੱਥੋਂ ਇੱਕ ਬੰਦੇ ਨੂੰ ਨਾਲ ਲੈਣਾ ਉੱਥੋਂ ਉਤਰ ਕੇ ਰਾਕੇਸ਼ राम जी ਨੂੰ ਲੈ ਆਇਆ ਡਰਾਈਵਰ ਨੂੰ ਹਦਾਇਤ ਕੀਤੀ ਕਿ ਟੈਕਸੀ ਡਿਫੈਂਸ ਕਲੋਨੀ ਲੈ ਚੱਲ ਜਿੱਥੇ ਕੁਝ ਕੰਮ ਹੈ ਰਾਕੇਸ਼ ਨੇ ਟੈਕਸੀ ਡਾਕਟਰ ਜੈਨ ਦੀ ਕੋਠੀ ਤੇ ਉੱਤਰ ਚ ਰੁਕਵਾ ਲਈ ਤੇ ਉਜਾਗਰ ਤੇ ਕਰਤਾਰ ਉਸ ਚ ਉੱਠ ਕੇ ਉਕਤ ਕੋਠੀ ਵੱਲ ਚਲੇ ਗਏ ਉਜਾਗਰ ਕੋਲ ਚਾਕੂ ਸੀ ਕਰਤਾਲ ਕਰਤਾਰ ਕੋਲ ਪਿਸਤੌਲ 10 ਮਿੰਟ ਬਾਅਦ ਚੰਦਰੇਸ਼ ਟੈਕਸੀ ਕੋਲ ਆਈ ਤੇ ਰਾਕੇਸ਼ ਨੂੰ ਦੱਸ ਕੇ ਕਿ ਕਾਰ ਬਾਹਰ ਖੜੀ ਹੈ ਰਾਮ ਜੀ ਨੂੰ ਆਪਣੇ ਨਾਲ ਲੈ ਗਏ ਰਾਕੇਸ਼ ਨੇ ਟੈਕਸੀ 'ਚ ਬੈਠੇ ਆਉਂਦੇ ਡਰਾਈਵਰ ਨੂੰ ਗੱਲ ਨਹੀਂ ਲਾਈ ਰੱਖਿਆ ਚੰਦਰੇਸ਼ ਤੇ ਰਾਮ ਜੀ 40-50 ਕਦਮ ਚੱਲੇ ਹੋਣਗੇ ਜਦ ਡਾਕਟਰ ਜੈਨ ਜਦੋਂ ਦੀ ਪਤਨੀ ਆਪਣੀ ਕੋਠੀ ਚੋਂ ਨਿਕਲ ਆਈ ਵਿਦਿਆ ਜਨ ਦੇ ਆਪਣੀ ਕਾਰ ਦੇ ਨਜ਼ਦੀਕ ਪਹੁੰਚਦੀ ਆਈ ਉਜਾਗਰ ਤੇ ਕਰਤਾਰ ਉਹਦੇ ਉੱਤੇ ਝੱਟ ਪਏ ਕਰਤਾਰ ਨੇ ਉਹਨੂੰ ਪਿਛਲੇ ਪਾਸਿਓਂ ਆਪਣੀਆਂ ਬਾਹਾਂ ਚੱਕੜ ਲਿਆ ਤੇ ਉਜਾਗਰ ਨੇ ਉਹਦੇ ਤੇ ਚਾਕੂ ਦੇ ਵਾਰਾਂ ਦਾ ਮੀਹ ਵਰਹਾਤਾ ਅੰਤ ਵਿੱਚ ਉਹ ਕੋਲੀ ਬਿਰਸਾਤੀ ਪਾਣੀ ਦੀ ਨਾਲੀ ਚ ਧਕੇਲ ਦਿੱਤੀ ਉਜਾਗਰ ਤੇ ਕਰਤਾਰ ਤੇਜ਼ ਕਦਮੀ ਪਰਤ ਕੇ ਟੈਕਸੀ ਚ ਬਹਿ ਗਏ ਤਾਂ ਰਕੇਸ਼ ਨੇ ਡਰਾਈਵਰ ਨੂੰ ਕਿਹਾ ਸਾਨੂੰ ਜੰਗਪੁਰੇ ਚਲਦੀ ਹੋ ਕੇ ਫਟਾਫਟ ਲੋਧੀ ਰੋਡ ਲੈ ਚੱਲ ਲੋਧੀ ਰੋਡ ਦੇ ਰਾਹ ਚ ਉਜਾਗਰ ਜਾਂ ਕਰਤਾਰ ਨੂੰ ਰਕੇਸ਼ ਕੌਸ਼ਕ ਤੋਂ ਪੁੱਛਿਆ ਕਿ ਡਾਕਟਰ ਪੈਸੇ ਕਦੋਂ ਦੇਵੇਗਾ ਉਹਨੇ ਜਵਾਬ ਦਿੱਤਾ ਪੈਸੇ ਮੈਂ ਆਪ ਇੱਕ ਦੋ ਦਿਨਾਂ ਚ ਤੁਹਾਡੇ ਕੋਲ ਪਹੁੰਚ ਦੇ ਕਰ ਦੇਵਾਂਗਾ ਉਜਾਗਰ ਤੇ ਕਰਤਾਰ ਗੋਫ ਲਿੰਕਸ ਵਿੱਚ ਟੈਕਸੀ ਤੋਂ ਉਤਰ ਗਏ ਰਕੇਸ਼ ਨੇ ਓਮ ਪ੍ਰਕਾਸ਼ ਨੂੰ ਕਿਹਾ ਹੁਣ ਆਪਾਂ ਛੌਣੀ ਚੱਲਣਾ ਓਮ ਪ੍ਰਕਾਸ਼ ਨੇ ਪੁੱਛਿਆ ਤੁਹਾਡੇ ਚਰਖੀ ਦਾਦਰੀ ਜਾਣ ਦੇ ਪ੍ਰੋਗਰਾਮ ਦਾ ਕੀ ਬਣਿਆ ਉਹ ਕਹਿੰਦਾ ਉੱਥੇ ਜਾਣ ਦੀ ਸਲਾਹ हट ਗਈ ਯਾਦਵ ਮੋਟਰ ਟਰਾਂਸਪੋਰਟ ਸਰਵਿਸ ਦਾ ਦਫ਼ਤਰ ਛੌਨੀ ਦੇ ਰਾਹ ਚ ਪੈਂਦਾ ਸੀ ਓਮ ਪ੍ਰਕਾਸ਼ ਨੇ ਕਿਹਾ ਦਾਦਰੀ ਦਾ ਟ੍ਰਿਪ ਤਾਂ ਕੈਨਸਲ ਹੋ ਗਿਆ ਤੁਸੀਂ ਦਫ਼ਤਰ ਚ ਕਿਰਾਏ ਦਾ ਹਿਸਾਬ ਕਰ ਲਓ ਰਤਨ ਲਾਲ ਨੇ ਰਾਕੇਸ਼ ਤੋਂ ਅੱਧੇ ਦਿਨ ਦੇ 40 ਰੁਪਏ ਚਾਰਜ ਕਰ ਲਏ ਰਾਕੇਸ਼ ਨੇ ਕਿਹਾ ਹੁਣ ਛੌਨੀ ਜਾਣ ਲਈ ਸਵਾਰੀ ਦਾ ਪ੍ਰਬੰਧ ਮੈਂ ਖੁਦ ਹੀ ਕਰ ਲਾਂਗਾ ਚੰਦਰੇਸ਼ ਤੇ RAM ਜੀ ਓਮ ਪ੍ਰਕਾਸ਼ ਤੇ ਟੈਕਸੀ ਚ ਚੜਨ ਨੂੰ ਰਹਿ ਗਏ ਸਨ ਉਹ ਡਿਫੈਂਸ ਕਲੋਨੀ ਦੇ ਪੈਟਰੋਲ ਪੰਪ ਵੱਲ ਚੱਲ ਪਏ ਇੱਕ ਗਲੀ ਚ ਉਹਨਾਂ ਨੂੰ ਭਾਗੀ ਰਤ ਤੇ ਕਲਿਆਣ ਮਿਲੇ ਚੰਦਰੇਸ਼ ਨੇ ਉਹਨਾਂ ਨੂੰ ਦੱਸਿਆ ਕੰਮ ਹੋ ਗਿਆ ਹੁਣ ਤੁਸੀਂ ਰਫੂ ਚੱਕਰ ਹੋ ਜਾਓ। RAM ਜੀ ਤੇ ਚੰਦਰੇਸ਼ ਪੁਲ ਤੱਕ ਇਕੱਠੇ ਰਹੇ ਤੇ ਫਿਰ ਆਡਾਟ ਹੋ ਗਏ। ਜਿਹੜੀ ਕਾਰ ਚ ਵਿਦਿਆ ਜਨ ਚੜਨ ਚੱਲੀ ਸੀ ਉਹ ਦੀ ਆਪਣੀ ਕੋਠੀ ਨੰਬਰ D291 ਨਹੀਂ ਨਾਲ ਦੀ ਕੋਠੀ D292 ਦੇ ਸਾਹਮਣੇ پارک ਕੀਤੀ ਗਈ ਸੀ। ਉਸ ਕੋਠੀ ਦੀ ਵਿਚਲੀ ਮੰਜ਼ਲ 'ਚ ਕੋਈ ਨਹੀਂ ਸੀ ਰਹਿ ਰਿਹਾ। ਇਸ ਲਈ ਉਹਦੇ ਗੇਟ ਤੇ ਲੱਗੀ ਬੱਤੀ ਬੁਜੀ ਰਹਿਣ ਕਰ ਨੂੰ ਉਸੇ ਉੱਥੇ ਚੰਗਾਨੇ ਰਹਾ ਸੀ। ਜੇ ਜਦੋਂ ਕਰਤਾਰ ਸਿੰਘ ਨੇ ਉਹਨੂੰ ਪਿਛਲੇ ਪਾਸਿਓਂ ਕਾਬੂ ਕਰਕੇ ਉਹਦਾ ਮੂੰਹ ਵੀ ਭੀਚ ਲਿਆ ਤੇ ਉਹ ਜਾਗਰ ਸਿੰਘ ਨੇ ਉਹਨੂੰ 14 ਜ਼ਰਬਾਂ ਪਹੁੰਚਾਈਆਂ ਉਹਦੇ ਕੋਲ ਉਹਦੇ ਪਤੀ ਤੋਂ ਬਿਨਾਂ ਕੋਈ ਨਹੀਂ ਸੀ ਕੁਝ فاਸਲੇ ਤੇ ਚੰਦਰੇਸ਼ ਸ਼ਰਮਾ ਤੇ RAM ਜੀ ਸੀ ਪਰ ਉਹ ਆਪ ਉਹਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਸਨ ਓਮ ਪ੍ਰਕਾਸ਼ ਦੀ ਟੈਕਸੀ ਇੰਨੀ ਨਜ਼ਦੀਕ ਨਹੀਂ ਸੀ ਕਿ ਉਹਨੂੰ ਐਵੇਂ ਹੀ ਰੱਖ ਕੇ ਇਸ ਨੇ ਗੱਲਾਂ ਚੁਲ ਜਾਇਆ ਹੋਇਆ ਸੀ ਨਤੀਜਾ ਇਹ ਕਿ ਮੁਲਜ਼ਮਾਂ ਤੋਂ ਬਿਨਾਂ ਕਿਸੇ ਨੇ ਕੁਝ ਵੀ ਸੁਣਿਆ ਨਾ ਦੇਖਿਆ ਇਹਦੇ باوجود ਸੈਸ਼ਨ ਜੱਜ ਨੇ ਸੱਤਾਂ ਦੋਸ਼ੀਆਂ ਲਈ ਉਮਰ ਕੈਦ ਤਜ਼ਵੀਜ਼ ਕੀਤੀ ਹਾਈ ਕੋਰਟ ਨੇ ਇਹਦਾ ਫੈਸਲਾ ਸ੍ਰੀ ਵਿਆਸਦੇਵ ਮਿਸ਼ਰਾ ਜਿਹੜੇ ਹੁਣ ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਹੈ ਤੇ ਮੈਂ ਕੀਤਾ ਸੀ ਭਾਵੇਂ ਕਲਿਆਣ ਗੁਪਤਾ ਨੂੰ ਬਰੀ ਕਰ ਦਿੱਤਾ ਡਾਕਟਰ ਜੈਨ ਚੰਦਰੇਸ਼ ਸ਼ਰਮਾ ਰਕੇਸ਼ ਕੌਸ਼ਿਕ ਭਗਿਰਾਦੀ ਸਜ਼ਾ ਬਹਾਲ ਰੱਖੀ ਤੇ 우ਜਾਗਰ ਸਿੰਘ ਤੇ ਕਰਤਾਰ ਸਿੰਘ ਨੂੰ ਉਮਰ ਕੈਦ ਕਰਨ ਦੀ ਬਜਾਏ ਫਾਂਸੀ ਲਟਕਾਉਣ ਦਾ ਹੁਕਮ ਦਿੱਤਾ ਸਪਰੀਮ ਕੋਰਟ ਕੋਲ ਅਪਰਾਧੀਆਂ ਦੀਆਂ ਪੀਲਾਂ ਕੱਚੀ ਪੇਸ਼ੀ 'ਚ ਖਾਰਜ ਹੋ ਗਈਆਂ ਇਸ ਤਰ੍ਹਾਂ ਸਿੱਧ ਹੋ ਗਿਆ ਕਿ ਕਾਨੂੰਨ ਦੀਆਂ ਬਾਹਾਂ ਸੱਚਮੁੱਚ ਬੜੀਆਂ ਲੰਮੀਆਂ ਹਨ ਪੁਲਿਸ ਦੀ ਤਫ਼ਤੀਸ਼ ਅਨੁਸਾਰ ਮਿਸਿਸ ਵਿਦਿਆ ਜੈਨ ਨੂੰ ਆਪਣੇ ਪ੍ਰਾਣਾ ਤੋਂ ਹੱਤ ਹੋਣੇ ਪਏ ਕਿਉਂਕਿ ਉਹ ਡਾਕਟਰ ਐਨ ਐਸ ਜੈਨ ਤੇ ਚੰਦਰੇਸ਼ ਸ਼ਰਮਾ ਦੇ ਸੰਯੋਗ ਦੇ ਰਾਜ ਚਿਦਾਰ ਬਣੀ ਸੀ ਤੇ ਉਹਨਾਂ ਨੇ ਇਹ ਦੀਵਾਰ ਜਿਵੇਂ ਕਿਵੇਂ ਢਾਗ ਰਾਉਣ ਦਾ ਫੈਸਲਾ ਕਰ ਲਿਆ ਉਹਨਾਂ ਦਾ ਆਪਸੀ ਪ੍ਰੇਮ ਸਬੰਧ ਦੇਰ ਦਾ ਤੁਰਿਆ ਆ ਰਿਹਾ ਸੀ ਇਸ ਗੱਲੋਂ ਮੁਕਦਮੇ ਦੀ ਸੁਣਵਾਈ ਸਮੇ ਡਾਕਟਰ ਜੈਨ ਵੱਲੋਂ ਇਨਕਾਰ ਹੋਇਆ ਨਾ ਚੰਦਰੇਸ਼ ਸ਼ਰਮਾ ਵੱਲੋਂ ਪਰ ਡਾਕਟਰ ਦੇ ਵਕੀਲ ਨੇ ਕਿਹਾ ਕਿ ਭਾਵੇਂ ਵਿਦਿਆ ਜੈਨ ਨੂੰ ਉਕਤ ਸਬੰਧ ਪਸੰਦ ਨਹੀਂ ਸੀ ਦੋਵੇਂ ਪ੍ਰੇਮੀ ਮਿਲ ਤਾਂ ਵੀ ਲੈਂਦੇ ਸੀ ਤੇ ਮਿਲ ਜੋ ਲੈਂਦੇ ਸੀ ਡਾਕਟਰ ਜੈਨ ਨੇ ਕਤਲ ਜਿਹਾ ਘਿਣਾਉਣਾ ਅਪਰਾਧ ਕਾਦੇ ਲਈ ਕਰਨਾ ਸੀ ਇਹ ਹੋ ਸਕਦਾ ਹੈ ਕਿ ਚੰਦਰੇਸ਼ ਨੂੰ ਡਾਕਟਰ ਨਾਲ ਵਿਆਹ ਕਰਵਾ ਕੇ ਉਹਦੀ ਜਾਇਦਾਦ 'ਚ ਭਾਈਵਾਲ ਬਣਨ ਦਾ ਲੋਭ ਹੋਵੇ ਪਰ ਉਸ ਸੌਦੇ ਵਿੱਚੋਂ ਡਾਕਟਰ ਨੇ ਕੁਝ ਨਹੀਂ ਸੀ ਖੱਟਣਾ ਪਾਉਣਾ ਚੰਦਰੇਸ਼ ਨਾਲੇਸ਼ ਖੋਣ ਦੇ ਬਾਵਜੂਦ ਉਹਦੀ ਆਪਣੀ ਪਤਨੀ ਨਾਲ ਬੜੀ ਸੋਹਣੀ ਗੁਜ਼ਰ ਹੋ ਰਹੀ ਸੀ ਨਹੀਂ ਤਾਂ ਉਹਨੂੰ 2 2.5 ਮਹੀਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕਿਉਂ ਘੁਮਾ ਕੇ ਲਿਆਉਂਦਾ ਪਰ ਕਹਿੰਦੇ ਨਹੀਂ ਹੁੰਦੇ ਦਿਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਡਾਕਟਰ ਜੈਨ ਦੀ ਸੋਚਣੀ ਉਸ ਤਰ੍ਹਾਂ ਦੀ ਉਹਦਾ ਵਕੀਲ ਦੱਸਦਾ ਸੀ ਪਰ ਸੰਭਵ ਇਹ ਸੀ ਕਿ ਉਹ ਪਿਆਰ ਰੋਜ਼-ਰੋਜ਼ ਚੁਰਾਉਣ ਤੋਂ ਸਤ ਗਿਆ ਹੋਵੇ ਤੇ ਚੰਦਰੇਸ਼ ਨੂੰ ਕਾਨੂੰਨ ਤੇ ਸਮਾਜ ਦੀ ਪਰਵਾਹ ਨਹੀਂ ਨਾਲ ਆਪਣਾ ਜੀਵਨ ਸਾਥੀ ਬਣਾਉਣ ਲਈ ਬੇਚੈਨ ਹੋਵੇ ਇਸ ਤੋਂ ਇਲਾਵਾ ਜਦ ਕਿਸੇ ਨੇ ਕੋਈ ਅਪਰਾਧ ਕਰ ਹੀ ਲਿਆ ਉਹਨੂੰ ਉਹਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਤੇ ਉਹਦੇ ਉਕਤ ਅਪਰਾਧ ਕਰਨ ਲਈ ਪ੍ਰੇਰਣਾ ਕਿੱਥੋਂ ਆਈ ਜਾਂ ਉਹਦੇ ਲਈ ਕੋਈ ਪ੍ਰੇਰਣਾ ਸੀ ਵੀ ਕਿ ਨਹੀਂ ਇਹ ਪ੍ਰਸ਼ਨ ਬਹੁਤ ਹੱਦ ਤੱਕ ਆਪਣੀ ਮਹੱਤਾ ਗਵਾ ਬੈੰਦੇ ਹੈ ਇਸ ਮੁਕਦਮੇ 'ਚ ਪੇਸ਼ ਹੋਈ ਸ਼ਹਾਦਤ ਨੇ ਬਿਨਾ ਸ਼ੁਬਾ ਸਿੱਧ ਕਰ ਦਿੱਤਾ ਕਿ ਡਾਕਟਰ ਜੈਨ ਪੂਰੀ ਤਰ੍ਹਾਂ ਕਤਲ ਦੀ ਸਾਜ਼ਿਸ਼ ਤੇ ਉਹਦੀ ਪੂਰਤੀ 'ਚ ਸ਼ਰੀਕ ਸੀ ਇਸ ਲਈ ਉਸ ਅਪਰਾਧ ਦੀ ਸਜ਼ਾ ਦਾ ਭਾਗੀ ਉਹਨੇ ਬਾਣੀ ਜਾਣਾ ਹੋਇਆ 14 ਸਤੰਬਰ 73 ਨੂੰ ਕਰਨ ਸਿੰਘ ਨੂੰ ਇੱਕ ਡਾਕਟਰ ਦੀ ਪਤਨੀ ਦੇ ਕਤਲ ਲਈ 10000 ਰੁਪਏ ਪੇਸ਼ਗੀ ਵਜੋਂ ਅਦਾ ਕੀਤੇ ਗਏ। ਚੰਦਰੇਸ਼ ਸ਼ਰਮਾ ਆ ਪੈਡੀ ਰਕਮ ਖਰਚ ਕਰਨ ਜੋਗੀ ਅਮੀਰ ਨਹੀਂ ਸੀ। ਡਾਕਟਰ ਜੈਨ ਨੂੰ ਸਮੇਂ-ਸਮੇਂ ਸੈਂਕੜਿਆਂ ਹਜ਼ਾਰਾਂ ਦੀਆਂ ਰਕਮਾਂ ਦਿੰਦਾ ਰਿਹਾ ਸੀ। ਭਾਵੇਂ ਕਰਨ ਸਿੰਘ ਨੂੰ ਦਿੱਤੇ ਗਏ ਨੋਟਾਂ ਦੇ ਨੰਬਰ ਕਿਸੇ ਨੇ ਨੋਟ ਨਹੀਂ ਸੀ ਕੀਤੇ ਪਰ ਇਹ ਹਕੀਕਤ ਹੈ ਕਿ ਡਾਕਟਰ ਜੈਨ ਨੇ ਉਸੇ ਤਰੀਕ ਨੂੰ 10000 ਰੁਪਏ ਆਪਣੀ ਬੈਂਕ ਚੋਂ ਕਢਵਾਏ ਸੀ। 27 ਸਤੰਬਰ 73 ਨੂੰ ਰਾਕੇਸ਼ ਕੌਸ਼ਕ ਇੱਕ ਸਿਆਣੇ ਕੋਲੋਂ ਘਾਤ ਪੁੱਛਣ ਦੀਗ ਗਿਆ ਸੀ ਉਹ ਸਫ਼ਰ ਲਈ ਡਾਕਟਰ ਜੈਨ ਦੀ ਕਾਰ DLJ 11 ਵਰਤੀ ਗਈ 4 ਦਸੰਬਰ 73 ਨੂੰ ਡਾਕਟਰ ਜੈਨ ਨੇ ਨਿਊ ਵਿਗ ਰੈਸਟੋਰੈਂਟਸ 우ਜਾਗਰ ਸਿੰਘ ਨੂੰ ਕਿਹਾ ਕਿ ਉਹ ਆਪਣਾ ਕੰਮ ਸਾਵਧਾਨੀ ਨਾਲ ਕਰੇ ਤੇ ਉਹਦੇ ਲਈ ਉਹਦੇ ਮੂੰਹੋਂ ਮੰਗੇ ਪੈਸੇ ਮਿਲ ਜਾਣਗੇ ਉਸੇ ਸ਼ਾਮ 7:30 ਵਜੇ ਰਾਕੇਸ਼ 우ਜਾਗਰ ਤੇ ਕਰਤਾਰ ਨੂੰ ਓਮ ਪ੍ਰਕਾਸ਼ ਦੀ ਟੈਕਸੀ 'ਚ ਬਿਠਾ ਕੇ ਡਿਫੈਂਸ ਕਲੋਨੀ ਲਿਆਇਆ ਉਹ ਟੈਕਸੀ ਡਾਕਟਰ ਜੈਨ ਦੇ ਮਕਾਨ ਤੋਂ 50 ਅਗਸਤ ਦੇ ਖੜੀ ਕੀਤੀ ਗਈ। ਉ ਜਾਗਰ ਤੇ ਕਰਤਾਰ ਡਾਕਟਰ ਜੈਨ ਦੀ ਕੋਠੀ ਵੱਲ ਚਲੇ ਗਏ। ਉਹਦੇ 10 ਮਿੰਟ ਬਾਅਦ ਹੀ ਚੰਦਰੇਸ਼ ਡਾਕਟਰ ਜੈਨ ਦੀ ਕਾਰ 'ਚ ਬੈਠ ਕੇ ਮੌਕੇ ਤੇ ਪਹੁੰਚ ਗਈ। ਚੰਦਰੇਸ਼ RAM ਜੀ ਨੂੰ ਨਾਲ ਲੈ ਕੇ ਡਾਕਟਰ ਜੈਨ ਦੀ ਕੋਠੀ ਵੱਲ ਮੁੜ ਗਈ। ਉਹਨੂੰ ਕਿਹਾ ਕਿ ਉਹ ਇਸ ਗੱਲ ਦਾ ਧਿਆਨ ਰੱਖੇ ਕਿ ਡਾਕਟਰ ਜੈਨ ਨੂੰ ਝੋਟ ਨਾ ਆਵੇ। ਮੌਸਮ ਸਰਦੀ ਦਾ ਸੀ ਕੁਦਰਤੀ ਵਿਹਾਰ ਇਹ ਹੋਣਾ ਚਾਹੀਦਾ ਸੀ ਕਿ ਡਾਕਟਰ ਜੈਨ ਦੀ ਕਾਰ ਉਹਦੀ ਆਪਣੀ ਕੋਠੀ ਦੀ ਪੋਰਚ ਵਿੱਚ ਹੀ ਆਉਦੇ ਨੇ ਨਜ਼ਦੀਕ ਖੜੀ ਕੀਤੀ ਜਾਂਦੀ ਇਹਦੇ ਵਿਪਰੀਤ ਉਹ ਨਾਲ ਦੀ ਕੋਠੀ ਦੇ ਗੇਟ ਤੋਂ ਪਰੇ ਕਰਕੇ پارک ਕੀਤੀ ਗਈ ਉਸ ਕੋਠੀ ਦੀ ਹੇਠਲੀ ਮੰਜ਼ਲ ਖਾਲੀ ਸੀ ਤੇ ਉਹ ਨਹੀਂ ਦਿਨੀ ਉਹਦੇ ਗੇਟ ਤੇ ਲੱਗੀ ਬੱਤੀ ਨਹੀਂ ਸੀ ਬਾਲੀ ਜਾਂਦੀ ਡਾਕਟਰ ਜੈਨ ਨੇ ਆਪਣੀ ਪਤਨੀ ਨੂੰ ਇਹ ਕਹਿ ਕੇ ਬਾਹਰ ਲਿਆਂਦਾ ਕਿ ਉਹਨਾਂ ਨੇ ਡਾਕਟਰ ਦੀ ਭੈਣ ਨੂੰ ਮਿਲਣ ਜਾਣਾ ਇਸ ਗੱਲ ਦੀ ਕੋਈ ਸ਼ਹਾਦਤ ਨਹੀਂ ਆਈ ਕਿ ਜਈ ਮੁਲਾਕਾਤਾ ਉਕਤ ਭੈਣ ਨਾਲ ਕੋਈ ਪ੍ਰੋਗਰਾਮ ਬਣਾਇਆ ਗਿਆ ਸੀ ਜਾਂ ਉਹਦੇ ਲਈ ਕੋਈ ਕਾਰਨ ਮੌਜੂਦ ਸੀ ਉਜਾਗਰ ਤੇ ਕਰਤਾਰ ਨੂੰ ਛੁਪ ਕੇ ਬੈਠਿਆਂ ਬਹੁਤੀ ਦੇਰ ਨਹੀਂ ਸੀ ਹੋਈ ਜਦ ਡਾਕਟਰ ਜੈਨ ਆਪਣੀ ਪਤਨੀ ਨੂੰ ਨਾਲ ਲੈ ਕੇ ਕਾਰ ਕੋਲ ਆ ਗਿਆ ਇਸ ਗੱਲ ਦੀ ਕੋਈ ਸ਼ਹਾਦਤ ਨਹੀਂ ਕਿ ਵਿਦਿਆ ਜੈਨ ਉਜਾਗਰ ਤੇ ਕਰਤਾਰ ਨੂੰ ਪਹਿਲਾਂ ਵਿਖਾਈ ਜਾ ਚੁੱਕੀ ਸੀ ਉਹਦਾ ਡਾਕਟਰ ਜੈਨ ਨਾਲ ਆਉਣਾ ਉਹਦੀ ਅਚੋਕਸ਼ਨਾਖ ਦਾ ਕਾਰਨ ਬਣਿਆ ਉਸ ਤਰ੍ਹਾਂ ਬਾਹਰ ਆਏਗੀ ਜੇ ਪਹਿਲਾਂ ਪਹਿਰ ਨਾ ਹੋਇਆ ਹੁੰਦਾ ਤਾਂ ਸ਼ੰਕਾ ਰਹਿੰਦਾ ਕੀ ਪਤਾ ਉਹ ਔਰਤ ਰਾਮ ਸਿੰਘ ਦੀ ਬੋਟੀ ਕਿਰਨ ਬਾਈ ਹੋਵੇਈ ਆ ਘਰ ਦੀ ਨੁਕਰਾਨੀ ਮਾਇਉਲੀ ਜਾਂ ਕੋਈ ਹੋਰ ਮਿਲਣ ਆਈ ਇਸ ਤਰੀਕ ਡਾਕਟਰ ਜੈਨ 5 ਫੁੱਟ 9 ਇੰਚ ਲੰਮਾ ਸੀ ਵਿਦਿਆ ਜੈਨ ਦਾ ਕੰਨ 5 ਫੁੱਟ 5 ਇੰਚ ਸੀ ਤੇ ਉਹਨਾਂ ਦੇ ਵਿੱਚ ਕਾਰ ਖੜੋਤੀ ਫिएट ਕਾਰ ਕੇਵਲ 4 ਫੁੱਟ 11 ਇੰਚ ਉੱਚੀ ਕਾਰ ਦਾ ਦਰਵਾਜ਼ਾ ਖੋਲਣ ਸਮੇਂ ਡਾਕਟਰ ਜੈਨ ਦਾ ਮੂੰਹ ਉਸ ਪਾਸੇ ਹੀ ਸੀ ਜਿੱਧਰੋਂ ਵਿਦਿਆ ਜੈਨ ਆ ਰਹੀ ਸੀ ਸੋ ਜੋ ਕੋ ਜੋ ਦੀ ਪਤਨੀ ਨਾਲ ਵਾਪਰਿਆ ਸਾਰੇ ਦਾ ਸਾਰਾ ਡਾਕਟਰ ਜੈਨ ਨੇ ਆਪਣੀ ਅੱਖੀਂ ਵੇਖਿਆ ਮਰਨ ਵਾਲੇ ਉਤੇ 14 ਵਾਰ ਚਾਕੂ ਦੇ ਹੋਏ ਤੇ ਉਹ ਸਪਲਿਟ ਸੈਕਿੰਡ ਵਿੱਚ ਨਹੀਂ ਸੀ ਹੋ ਸਕਦੇ ਜਿੱਨਾਂ ਚੇ ਰੁਕਤ 14 ਸੱਟਾਂ ਮਾਰ ਕੇ ਵਿਦਿਆ ਜੈਨ ਮੀਂਹ ਦੇ ਪਾਣੀ ਦੀ ਨਾਲੀ ਚ ਨਾ ਸੁੱਟ ਦਿੱਤੀ ਗਈ ਡਾਕਟਰ ਜੈਨ ਨੇ ਆਪਣੇ ਬੁੱਲ ਸੀਤੀ ਰੱਖੇ ਇਸ ਭਾਨ ਦਾ ਵਿਹਾਰ ਕੋਈ નિર્ਦੋਸ਼ ਪਤੀ ਨਹੀਂ ਸੀ ਕਰ ਸਕਦਾ ਅਸਲ ਵਿੱਚ ਡਾਕਟਰ ਜੈਨ ਨੇ ਵਿਦਿਆ ਜੈਨ ਨੂੰ ਨਾਲੀ 'ਚ ਪਿਆ ਦੇਖ ਕੇ ਸ਼ੋਰ ਵੀ ਨਹੀਂ ਪਾਇਆ ਪਾਇਆ ਹੁੰਦਾ ਤਾਂ ਉਹ ਰਾਮਜੀ ਤੇ ਓਮਪ੍ਰਕਾਸ਼ ਨੂੰ ਵੀ ਸੁਣਦਾ ਸੁਣਿਆ ਉਹ ਠੱਕ ਰਾਮ ਸਿੰਘ ਤੇ ਉਹਦੀ ਪਤਨੀ ਕਿਰਨ ਬਾਈ ਨੂੰ ਵੀ ਨਹੀਂ ਉਹਨਾਂ ਨੂੰ ਮੌਕੇ ਤੇ ਲਿਆਉਣ ਵਾਲਾ ਕੁੰਦਨ ਸਿੰਘ ਸੀ ਜਿਹੜਾ ਕਮਰਾ ਕੋਠੀ ਦੇ ਪਿਛਵਾੜੇ 'ਚ ਸੀ ਜੇ ਕੁਝ ਕਿਸੇ ਹੋਰ ਨੂੰ ਨਹੀਂ ਸੁਣਿਆ ਕੁੰਦਨ ਸਿੰਘ ਦੇ ਕੰਨ ਕਿਵੇਂ ਪੈ ਗਏ ਇਹ ਹੋ ਨਹੀਂ ਸਕਦਾ ਕਿ ਉਹ ਆਪਣੀ ਵਫਾਦਾਰੀ ਜਤਾਉਣ ਲਈ ਡਾਕਟਰ ਦੀ ਹਾਲ ਦੁਹਾਈ ਦਾ ਤੋਤਕੜਾ ਜੋੜ ਰਿਹਾ ਹੋਵੇ ਡਾਕਟਰ ਦੇ ਆਪਣੇ ਬਿਆਨ ਤੋਂ ਜ਼ਾਹਰ ਹੈ ਜੋ ਕੁਝ ਹੋ ਹਲਾਉ ਨਹੀਂ ਕੀਤਾ ਉਸ ਇਹ ਨਹੀਂ ਸੀ ਕਿਹਾ ਗਿਆ ਕਿ ਕੋਈ ਉਹਦੀ ਪਤਨੀ ਨੂੰ ਕਤਲ ਕਰ ਰਿਹਾ ਹੈ ਉਹਨੇ ਕਿਸੇ ਕਾਤਲਾਂ ਦਾ ਪਿੱਛਾ ਕਰਨ ਲਈ ਆਖਿਆ ਸੋ ਜਿਹੜੀ ਸਹਾਇਤਾ ਉਹ ਮੰਗ ਰਿਹਾ ਸੀ ਉਹਦੀ ਪਤਨੀ ਨੂੰ ਨਾਲੀ ਚੋਂ ਕੱਢਣ ਤੱਕ ਸੀਮਤ ਸੀ ਉਜਾਗਰ ਤੇ ਕਰਤਾਰ ਨੂੰ ਪਤਾ ਸੀ ਕਿ ਡਾਕਟਰ ਨੇ ਸਾਨੂੰ ਉਹਦੀ ਪਤਨੀ ਨੂੰ ਫੜੀ ਰੱਖ ਦਿਆਂ ਚਾਕੂ ਮਾਰਦਿਆਂ ਵੇਖ ਲਿਆ ਉਹਦੇ ਸ਼ੋਰ ਪਾ ਕੇ ਆਬਾਦੀ ਦੇ ਲੋਕਾਂ ਜਾਂ ਪੁਲਿਸ ਨੂੰ ਸਦਨ ਤੋਂ ਕਿਉਂ ਨਾ ਡਰੇ ਤੇ ਇਸ ਤਰ੍ਹਾਂ ਡਰਦੇ ਹੋ ਉਹਨੂੰ ਖਾਮੋਸ਼ ਕਰਨ ਲਈ ਉਹਦੇ ਤੇ ਹਮਲਾ ਕਿਉਂ ਨਾ ਕੀਤਾ ਅਜੇ ਆ ਤਾਂ ਹੀ ਹੋ ਸਕਦਾ ਸੀ ਜੇ ਉਹ ਆਪ ਵਿਦਿਆ ਜੈਨ ਦੇ ਕਤਲ ਦੀ ਸਾਜ਼ਿਸ਼ ਵਿੱਚ ਸਾਜ਼ਿਸ਼ ਵਿੱਚ ਸ਼ਾਮਲ ਹੋਵੇ ਤੇ ਕਾਤਲਾਂ ਨੂੰ ਯਕੀਨ ਹੋਵੇ ਕਿ ਉਹਦੇ ਕਤਲ ਦੀ ਕਿਰਿਆ ਨੂੰ ਰੋਕਣ ਤੇ ਉਹਨਾਂ ਨੂੰ ਫੜਾਉਣ ਲਈ ਕੁਝ ਨਹੀਂ ਕਰੇਗਾ ਡਾਕਟਰ ਜੈਨ ਨੇ ਪੁਲਿਸ ਨੂੰ ਕਾਤਲਾਂ ਦੇ ਵਾਲਾਂ ਦਾੜ੍ਹੀਆਂ ਕੱਪੜਿਆਂ ਕੱਦਾਂ ਤੇ ਉਮਰਾਂ ਦਾ ਵੇਰਵਾ ਦਿੱਤਾ ਜਿਤੋਂ ਜ਼ਾਹਰ ਹੁੰਦਾ ਸੀ ਕਿ ਉਹਨਾਂ ਨੂੰ ਬਿਲਕੁਲ ਨੇੜੇੋਂ ਦੇਖ ਸਕਿਆ ਸੀ ਫਿਰ ਵੀ ਉਹਨੇ ਕਿਹਾ ਕਿ ਉਹਨਾਂ ਨੇ ਤੋਤੀਆਂ ਪੈਨੀਆਂ ਸੀ ਜਦ ਕਿ ਪਾਈਆਂ ਉਹਨਾਂ ਤਹਿਮਤਾਂ ਸਨ ਉਹਨੇ ਉਹਨਾਂ ਦੀਆਂ ਉਮਰਾਂ 25 ਤੋਂ 35 ਸਾਲ ਮੰਨੀਆਂ ਜਦ ਕਿ ਉਹ ਜਾਗਰ ਤੇ ਕਰਤਾਰ ਨੇ ਆਪਣੇ ਬਿਆਨਾਂ 'ਚ ਆਪਣੇ ਆਪ ਨੂੰ 58 ਤੇ 60 ਸਾਲ ਦਾ ਹੋਣਾ ਦੱਸਿਆ ਇਹਦਾ ਮਤਲਬ ਹੈ ਪੁਲਿਸ ਨੂੰ ਗਲਤ ਸੂਹ ਦੇ ਕੇ ਭੰਬਲ ਪੂਸਿਆਂ 'ਚ ਪਾਉਣਾ ਚਾਹੁੰਦਾ ਸੀ ਰਾਮ ਸਿੰਘ ਨੇ ਆਪਣੀ ਸ਼ਹਾਦਤ ਵਿੱਚ ਕਿਹਾ ਕਿ ਵਿਦਿਆ ਜੈਨ ਨੂੰ ਨਾਲੀ ਚੋਂ ਉਹਨੇ ਤੇ ਡਾਕਟਰ ਦੇ ਨੌਕਰਾਂ ਕੁੰਦਨ ਸਿੰਘ ਤੇ ਗੰਗਾ ਸਿੰਘ ਨੇ ਕੱਢਿਆ ਸੀ ਤੇ ਉੱਥੋਂ ਚੁੱਕ ਕੇ ਪੋਰਚ ਚ ਲੈ ਗਏ ਸੀ। ਰਾਮ ਸਿੰਘ ਦੇ ਕੱਪੜਿਆਂ ਤੇ ਲਹੂ ਵੀ ਮਿਲਿਆ ਪਰ ਡਾਕਟਰ ਜੈਨ ਨੇ ਆਪਣੀ ਪਤਨੀ ਦੀ ਕੋਈ ਅਜੀਬ ਸਿਹਤਨਾ ਕੀਤੀ ਜਿਵੇਂ ਉਹਨੂੰ ਉਹਦੇ ਲਹੂ ਤੋਂ ਡਰ ਆਉਂਦਾ ਹੋਵੇ। ਇਸ ਤਰ੍ਹਾਂ ਦੀ ਬੇਪਰਵਾਹੀ ਵਰਤਣੀ ਕਿਸੇ ਪਤੀ ਨੂੰ ਤਾਂ ਕੀ ਕਿਸੇ ਸਧਾਰਨ ਇਨਸਾਨ ਨੂੰ ਵੀ ਨਹੀਂ ਸੀ ਫੱਬਦੀ। ਰਾਮ ਸਿੰਘ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਡਾਕਟਰ ਜੈਨ ਨੇ ਸਾੜੀ ਹਟਾ ਕੇ ਆਪਣੀ ਪਤਨੀ ਦਾ ਜ਼ਖਮ ਦੇਖਿਆ ਸੀ ਪਰ ਇਹ ਗੱਲ ਉਹਨੇ ਪੁਲਿਸ ਕੋਲ ਨਹੀਂ ਸੀ ਆਖੀ ਫਿਰ ਇਸ ਗੱਲ ਦਾ ਡਾਕਟਰ ਜੈਨ ਕੋਲ ਕੋਈ ਜਵਾਬ ਨਹੀਂ ਸੀ ਕਿ ਉਹਨੇ ਪੁਲਿਸ ਨੂੰ ਕਿਉਂ ਵਾਅਦੇ ਦੀ ਫੌਰਨ ਇਤਲਾਹ ਨਾ ਦਿੱਤੀ ਜੇ ਉਹ ਆਪ ਘਬਰਾਟ ਵਿੱਚ ਸੀ ਤਾਂ ਆਪਣੇ ਮਹਿਮਾਨਾਂ ਨੂੰ ਜਾਂ ਨੌਕਰਾਂ ਨੂੰ ਟੈਲੀਫੋਨ ਦਾ ਨੰਬਰ ਘੁਮਾਣ ਲਈ ਕਹਿ ਸਕਦਾ ਸੀ ਤੇ ਜਦੋਂ ਡਰਾਈਵਰ ਕਿਸੇ ਡਾਕਟਰ ਨੂੰ ਸੱਦਣ ਭੇਜਿਆ ਸੀ ਉਦੋਂ ਵੀ ਪੁਲਿਸ ਨੂੰ ਇਤਲਾਹ ਦਿੱਤੀ ਜਾ ਸਕਦੀ ਸੀ ਜਾਪਦਾ ਇਸ ਪਾਸਿਓਂ ਜਾਣ ਬੁਝ ਕੇ ਹਨਗਾਲੀ ਕੀਤੀ ਗਈ ਤਾਂ ਜੋ ਕਾਤਲਾ ਨੂੰ ਗਾਇਬ ਹੋਣ ਲਈ ਲੋੜਿੰਦਾ ਵਕਤ ਮਿਲ ਸਕੇ ਇਹਨਾਂ ਸਾਰੇ ਤੱਥਾਂ ਦੇ ਸਨਮੁਖ ਇਹ ਸਿੱਟੇ ਤੇ ਪਹੁੰਚਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਰਹਿਦਾ ਕਿ ਡਾਕਟਰ ਜੈਨ ਮਿਸਿਸ ਵਿਦਿਆ ਜੈਨ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਤੇ ਉਕਤ ਕਤਲ ਉਹਦੇ ਉਜਾਗਰ ਕਰਤਾ ਰਾਦ ਨਾਲ ਸਾਂਝੇ ਇਰਾਦੇ ਦੀ ਪੂਰਤੀ ਵਿੱਚ ਹੋਇਆ ਚੰਦਰੇਸ਼ ਸ਼ਰਮਾ ਤੇ ਰਕੇਸ਼ ਨੇਤਾ ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਸਬੰਧਤ ਕਤਲ ਬਹੁਤ ਹੀ ਨਿੱਗਰ ਹਿੱਸਾ ਪਾਇਆ ਭਾਗੀ ਰਥ ਨੇ ਜੈਨ ਚੰਦਰੇਸ਼ ਤੇ ਰਾਕੇਸ਼ ਨੂੰ ਉਜਾਗਰ ਤੇ ਕਰਤਾਰ ਦੀਆਂ ਸੇਵਾਵਾਂ ਪ੍ਰਾਪਤ ਕਰਕੇ ਦਿੱਤੀਆਂ ਤੇ ਸਾਜ਼ਿਸ਼ ਦੇ ਨਿਪਰੇ ਚੜ ਜਾਣ ਤੱਕ ਉਹਨਾਂ ਦੇ ਨਾਲ ਰਿਹਾ ਉਜਾਗਰ ਤੇ ਕਰਤਾਰ ਨੇ ਕੇਵਲ ਪੈਸਿਆਂ ਦੇ ਲੋਭ ਚਿਕ ਨਹਿੱਥੀ ਔਰਤ ਦਾ ਜ਼ਾਲਿਮਾਨਾ ਕਤਲ ਕੀਤਾ ਤੇ ਉਹਨਾਂ ਦੇ ਘੋਰ ਅਪਰਾਧ ਦੀ ਸਜ਼ਾ ਮੌਤ ਹੀ ਹੋ ਸਕਦੀ ਸੀ ਕਲਿਆਣ ਗੁਪਤਾਨੇ ਵਾਸਤੇ ਵਿੱਚ ਭਗੀ ਰਾਤੀ 10 ਪਾਕੇ ਰਾਕੇਸ਼ ਰਾਮ ਜੀ ਹੁਣਾਂ ਨੂੰ ਗਲੋਂ ਹੀ ਲਾਇਆ ਸੀ ਉਹ ਭਾਵੇਂ ਉਹਨਾਂ ਉਹਨੂੰ ਨਾਲ-ਨਾਲ ਲਈ ਫਿਰੇ ਉਹਨੇ ਕੁਝ ਨਹੀਂ ਕੀਤਾ ਇਸ ਲਈ ਉਹਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ ਧੰਨਵਾਦ